ਅਸਲਾਮ ਵਾਲੇਕੁਮ, ਮੇਰਾ ਨਾਮ ਹਨੀਫ ਉੱਲਾ ਖਾਨ ਹੈ ਅਤੇ ਗਲੇ ਹੈਗੀ ਮੈਂ ਜਿਹੜਾ ਵੀ ਕੰਮ ਜਿਹੜੇ ਵੀ ਆਰਟਿਸਟ ਹੁੰਦੇ ਨੇ ਉਹ ਕੋਈ ਨਾ ਕੋਈ ਸਬਜੈਕਟ ਦੇ ਉੱਤੇ ਕੰਮ ਕਰਦੇ ਨੇ। ਜ਼ਿਆਦਾਤਰ ਪਾਕਿਸਤਾਨੀ ਬੰਦੇ ਜਿਹੜੇ ਆਰਟਿਸਟ ਸਨ ਉਹ ਬਣਾਉਂਦੇ ਸਨ ਲੈਂਡਸਕੇਪ, ਨਿਊਡਸ ਔਰ ਐਂਡ ਪੋਰਟਰੇਟਸ। ਮੇਰਾ ਜਿਹੜਾ ਕੰਮ ਹੈ, ਮੈਂ ਸੋਚਿਆ ਕੀ ਕਰਾਂ ਅਤੇ ਮੈਂ ਇੱਕ ਨਵੀਂ ਫੀਲਡ ਤਖਲੀਕ ਕੀਤੀ, ਉਹਦਾ ਨਾਮ ਮੈਂ ਰੱਖਿਆ ਕੰਸਟਰਕਟਿਵ ਆਰਟ। ਕੰਸਟਰਕਟਿਵ ਆਰਟ ਵਿੱਚ ਮੈਂ ਸਿਰਾਮਿਕ, ਕੈਲੀਗ੍ਰਾਫੀ ਐਂਡ ਮੋਡਰਨ ਆਰਟ ਮਿਕਸ ਕੀਤਾ ਹੀ ਔਰ ਇੱਕ ਫਨ ਪਾਰਾ ਬਣਾਇਆ 1992 ਵਿੱਚ। ਉਸਦੇ ਵਿੱਚ ਮੈਂ ਜਿਸ ਵੇਲੇ ਆਪਣੀ ਐਗਜੀਬਿਸ਼ਨ ਕੀਤੀ, ਐਗਜੀਬਿਸ਼ਨ ਅਲਹਮਦੁਲਿਲਾ ਬਹੁਤ ਕਾਮਯਾਬ ਹੋਈ ਅਤੇ ਨਾਲ ਇਹ ਵੀ ਹੋਇਆ ਕਿ ਅਲਹਮਦੁਲਿਲਾ ਪੂਰੀ ਦੁਨੀਆ ਦੇ ਜਾਪਾਨ, ਇੰਗਲੈਂਡ ਔਰ ਅਮਰੀਕਾ ਦੇ ਚੈਨਲ ਦੇ ਉਸਨੂੰ ਕਵਰੇਜ ਦਿੱਤੀ ਔਰ ਡਾਕੂਮੈਂਟਰੀਆਂ ਬਣਾਈਆਂ ਔਰ ਪਾਕਿਸਤਾਨ 'ਚ ਜਿਹੜੇ ਵੀ ਅੱਛੇ ਆਰਟ ਕ੍ਰਿਟਿਕਸ, ਮਾਰਜਰੀ, ਪ੍ਰੋਫੈਸਰ ਨਸੀਮ ਨਿਸ਼ੋਫੋਸ, ਸ਼ਮੀਮ ਅਖਤਰ, ਡਾਨ ਦਾ ਨਿਊਜ਼ ਹੈਰਲਡ 'ਚ, ਉਹ ਕਾਫੀ ਮੇਰਾ ਜਿਹੜਾ ਹੈ ਨਾ ਇਹ ਆਰਟ ਪ੍ਰੋਮੋਟ ਕੀਤਾ ਹੀ ਔਰ ਆਰਟੀਕਲ ਔਰ ਲੈਕਚਰ ਵੀ ਮੈਂ ਦੇਣਾ ਵਾਂ। ਜਿਸ ਵੇਲੇ ਉਹ ਦੇਖਦੇ ਨੇ ਅਤੇ ਉਹ ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਸਮਝਦੇ ਮਿੱਟੀ ਨਾਲ ਕੁਛ ਕੰਮ ਹੋ ਰਿਹਾ ਹੈ। ਜਿਸ ਵੇਲੇ ਮੈਂ ਉਹਨਾਂ ਨੂੰ ਦੱਸਣਾ ਵਾਂ ਕਿ ਇਹ ਜਿਹੜਾ ਕੰਮ ਹੈ ਇਸਦੀ ਇਹ ਹਿਸਟਰੀ ਦੇ ਨਾਲ ਤਾਲੁਕ ਹੈਗਾ, ਅਤੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਔਰ ਉਹ ਬੜੇ ਖੁਸ਼ ਹੋ ਜਾਂਦੇ ਨੇ ਔਰ ਕਈ ਲੋਕ ਪਾਕਿਸਤਾਨ ਤੋਂ ਬਾਹਰੋਂ ਆਉਂਦੇ ਨੇ ਅਤੇ ਉਹ ਵੀ ਲੈ ਜਾਂਦੇ ਨੇ। ਇਸਦਾ ਹਿਸਟਰੀ ਨਾਲ ਇਹ ਤਾਲੁਕ ਹੈਗਾ ਕਿ ਪਾਕਿਸਤਾਨ ਦੀ ਔਰ ਖਾਸ ਤੌਰ ਪੰਜਾਬ ਦੀ ਜਿਹੜੀ ਵੀ ਇਮਾਰਤਾਂ ਹੈ ਨਾ ਪੁਰਾਣੀ, ਜਿਹੜੀ ਖਤਮ ਹੋਤੀ ਜਾ ਰਹੀ ਹੈ, ਉਹ ਸਾਰੀ ਮੈਂ ਕਿ ਕਿਲੇ 'ਚ ਬਣਾ ਰਿਹਾ ਔਰ ਉਹਨਾਂ ਦਾ ਸਾਰਾ ਉਹ ਐਲੀਵੇਸ਼ਨ ਔਰ ਪਰਸਪੈਕਟਿਵ ਔਰ ਉਹਨਾਂ ਦੀ ਸਾਰੀ ਡਰਾਇੰਗ ਬਣਾ ਕਰ ਫਿਰ ਉਸਦੇ ਬਾਅਦ ਇਸਨੂੰ ਮਿੱਟੀ 'ਚ ਮੈਂ ਕਰਨਾ ਵਾਂ ਕਿਲੇ 'ਚ ਔਰ ਫਿਰ ਉਸਨੂੰ ਭੱਟੀ 'ਚ ਜਾ ਕੇ ਅਤੇ ਉਹ ਪੱਕ ਜਾਂਦੀ ਹੈ, ਉਹ ਸਿਰਾਮਿਕ ਬਣ ਜਾਂਦਾ ਹੈ। ਫਿਰ ਉਸਨੂੰ ਮੈਂ ਬੈਕਗਰਾਊਂਡ ਫਾਈਨ ਆਰਟ ਆਰਟਿਸਟਿਕ ਬੈਕਗਰਾਊਂਡ ਦੇ ਨਾਲ ਮੈਂ ਫਿਰ ਉਸਨੂੰ ਕੰਪਲੀਟ ਆਰਟ ਵਰਕ ਤਿਆਰ ਕਰਨਾ ਵਾਂ ਅਤੇ ਲੋਕ ਹੀ ਉਸਨੂੰ ਬਹੁਤ ਪਸੰਦ ਕਰਦੇ ਨੇ ਅਤੇ ਪਾਕਿਸਤਾਨ ਦਾ ਇੱਕ ਨਵਾਂ ਕੰਮ ਵੀ ਹੈਗਾ ਅਤੇ ਹਿਸਟਰੀ 'ਚ ਵੀ ਜਿਹੜੇ ਹਿਸਟਰੀ ਦੇ ਸ਼ੌਕੀ ਨੇ ਉਹ ਵੀ ਬੜੇ ਇਸਨੂੰ ਪਸੰਦ ਕਰਦੇ ਨੇ।